ਦੋਸਤੋ, ਹਾਈ ਬਲੱਡ ਪ੍ਰੈਸ਼ਰ ਆਧੁਨਿਕ ਸਮੇਂ ਦੀ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਸਰੀਰ ਦੇ ਅੰਦਰ ਇੱਕ ਸਾਇਲੈਂਟ ਕਿਲਰ ਦੀ ਤਰ੍ਹਾਂ ਹੁੰਦੀ ਹੈ ਜੋ ਹੌਲੀ ਹੌਲੀ ਸਾਡਾ ਸਰੀਰ ਖੋਖਲਾ ਕਰਦੀ ਜਾਂਦੀ ਹੈ। ਜ਼ਿਆਦਾ ਕੰਮ ਕਰਨਾ, ਘੱਟ ਆਰਾਮ ਕਰਨਾ, ਪ੍ਰਦੂਸ਼ਣ, ਖਾਣ ਪੀਣ ਵਿੱਚ ਗੜਬੜੀ ਜਾਂ ਦਿਮਾਗੀ ਤਣਾਅ ਦੇ ਚੱਲਦੇ ਸਰੀਰ 'ਤੇ ਕੁਝ ਬੁਰੇ ਪ੍ਰਭਾਵ ਪੈਂਦੇ ਹਨ ਦੋਸਤੋ, ਜਿਨ੍ਹਾਂ ਨਾਲ ਸਾਡਾ ਬਲੱਡ ਪ੍ਰੈਸ਼ਰ ਵਧਣ ਲੱਗਦਾ ਹੈ। ਜਿਹੜਾ ਅੱਜ ਕੱਲ੍ਹ ਆਧੁਨਿਕ ਮੈਡੀਕਲ ਇਲਾਜ ਜਾਂ ਜਿਸਨੂੰ ਐਲੋਪੈਥੀ ਕਹਿੰਦੇ ਹਾਂ, ਉਸ ਵਿੱਚ ਇਸਦਾ ਇਲਾਜ ਸੰਭਵ ਨਹੀਂ ਹੈ, ਕਿਉਂਕਿ ਇਸ ਦੀ ਦਵਾਈ ਬਿਮਾਰੀ ਦੀ ਜੜ੍ਹ 'ਤੇ ਨਹੀਂ, ਸਗੋਂ ਬਿਮਾਰੀ ਦੇ ਲੱਛਣਾਂ 'ਤੇ ਕਾਬੂ ਰੱਖਦੀ ਹੈ, ਉਹ ਵੀ ਥੋੜ੍ਹੇ ਜਿਹੇ ਸਮੇਂ ਤੱਕ। ਇਸੇ ਕਰਕੇ ਬੀਪੀ ਦੇ ਮਰੀਜ਼ਾਂ ਨੂੰ ਬੀਪੀ ਦੀ ਗੋਲੀ ਦਾ ਸੇਵਨ ਰੋਜ਼ਾਨਾ ਕਰਨਾ ਪੈਂਦਾ ਹੈ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਅਜਿਹੇ ਇਲਾਜ ਬਾਰੇ ਗੱਲ ਕਰਾਂਗੇ, ਜੇ ਤੁਹਾਡੇ ਦਿਲ ਦੀ ਤਾਕਤ ਸਹੀ ਹੈ ਤਾਂ ਤੁਸੀਂ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹੋ। ਦੋਸਤੋ, ਇਲਾਜ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਰੀਰ ਵਿੱਚ ਅਜਿਹੇ ਕਿਹੜੇ ਬਦਲਾਅ ਆਉਂਦੇ ਹਨ ਜਿਨ੍ਹਾਂ ਦੇ ਚੱਲਦੇ ਸਾਡਾ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਹੈ। ਬੀਪੀ ਵਧਣ ਦੇ ਦੋ ਮੁੱਖ ਕਾਰਨ ਹੁੰਦੇ ਹਨ। ਪਹਿਲਾ ਤਾਂ ਅੰਦਰੂਨੀ ਅਤੇ ਬਾਹਰੀ ਹਾਲਤਾਂ ਦੇ ਚੱਲਦੇ ਸਾਡੀਆਂ ਰਕਤ ਧਮਣੀਆਂ ਜਾਂ ਆਰਟਰੀਜ਼ ਸੁੰਗੜ ਜਾਂਦੀਆਂ ਹਨ, ਖੂਨ ਨੋਰਮਲ ਨਹੀਂ ਵਹਿੰਦਾ, ਦਿਲ ਨੂੰ ਜ਼ਿਆਦਾ ਪ੍ਰੈਸ਼ਰ ਪਾਉਣਾ ਪੈਂਦਾ ਹੈ ਖੂਨ ਦਾ ਵਹਾਅ ਚਾਲੂ ਰੱਖਣ ਦੇ ਲਈ। ਦੂਜਾ ਕਾਰਨ ਇਹ ਹੁੰਦਾ ਜੇ ਖੂਨ ਜ਼ਿਆਦਾ ਗਾੜਾ ਹੋ ਜਾਵੇ ਤਾਂ ਉਹ ਨਾੜਾਂ ਵਿੱਚ ਜੰਮਣਾ ਸ਼ੁਰੂ ਕਰ ਦਿੰਦਾ ਹੈ ਅਤੇ ਹੋਰ ਖੂਨ ਦੇ ਵਹਾਅ ਦੇ ਵਿੱਚ ਰੁਕਾਵਟ ਪੈਦਾ ਕਰ ਦਿੰਦਾ ਹੈ। ਅਜਿਹੇ ਹਾਲਤਾਂ ਵਿੱਚ ਵੀ ਦਿਲ ਨੂੰ ਵੱਧ ਜ਼ੋਰ ਲਾਉਣਾ ਪੈਂਦਾ ਹੈ। ਦੋਸਤੋ, ਇਹ ਸੀ ਦੋ ਮੁੱਖ ਕਾਰਨ, ਜਾਂ ਤਾਂ ਨਾੜਾਂ ਸੁੰਗੜ ਜਾਣ ਜਾਂ ਖੂਨ ਗਾੜਾ ਹੋ ਜਾਵੇ। ਅਤੇ ਇਸ ਤੋਂ ਛੁਟਕਾਰੇ ਦੇ ਲਈ ਵੀ ਸਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੋਏਗੀ। ਪਹਿਲੀ ਹੈ ਤਰਬੂਜ ਦੇ ਬੀਜ, ਦੂਜਾ ਹੈ ਖਸਖਸ। ਦੋਸਤੋ, ਤਰਬੂਜ ਦੇ ਬੀਜਾਂ ਦੇ ਇੱਕ ਅੰਦਰ ਅਜਿਹਾ ਤੱਤ ਹੁੰਦਾ ਹੈ ਜਿਸ ਨੂੰ ਕਿਊਕੋਰੋਬੋਸਿਟ੍ਰਿਨ ਕਹਿੰਦੇ ਹਨ। ਇਹ ਤੱਤ ਸਾਡੀਆਂ ਸੁੰਗੜੀਆਂ ਹੋਈਆਂ ਰਕਤ ਧਮਣੀਆਂ ਨੂੰ ਫੈਲਾ ਦਿੰਦਾ ਹੈ, ਜਿਸ ਦੇ ਚੱਲਦੇ ਖੂਨ ਦੇ ਵਗਣ ਦੇ ਰਸਤੇ ਦੀ ਰੁਕਾਵਟ ਖਤਮ ਹੋ ਜਾਂਦੀ ਹੈ। ਦੂਜੀ ਚੀਜ਼ ਹੈ ਦੋਸਤੋ ਖਸਖਸ। ਇਹ ਗਾੜੇ ਖੂਨ ਨੂੰ ਪਤਲਾ ਕਰਨ ਵਿੱਚ ਬਹੁਤ ਉਪਯੋਗੀ ਮੰਨਿਆ ਜਾਂਦਾ ਹੈ। ਅਫੀਮ ਵੀ ਖਸਖਸ ਦੇ ਪੌਦੇ ਦਾ ਹੀ ਇੱਕ ਪ੍ਰੋਡਕਟ ਹੁੰਦੀ ਹੈ ਜੋ ਸਾਡੇ ਖੂਨ ਨੂੰ ਪਤਲਾ ਰੱਖਦੀ ਹੈ। ਅਧਰੰਗ ਦੇ ਮਰੀਜ਼ਾਂ ਵਿੱਚ ਤਾਂ ਅਫੀਮ ਬਲੱਡ ਕਲੌਟ ਨੂੰ ਖੋਰਨ ਦੇ ਲਈ ਵਰਤੀ ਜਾਂਦੀ ਹੈ, ਪਰ ਸਮਾਜ ਵਿੱਚ ਇਸ ਦਾ ਪ੍ਰਯੋਗ ਨਸ਼ੇ ਵਜੋਂ ਹੋਣ ਕਰਕੇ ਸਰਕਾਰ ਨੇ ਇਸ 'ਤੇ ਬੈਨ ਲਗਾ ਰੱਖਿਆ ਹੈ। ਖਸਖਸ ਦੇ ਅੰਦਰ ਆਇਰਨ, ਵਿਟਾਮਿਨ B6, ਪੋਟਾਸ਼ੀਅਮ ਹੁੰਦੇ ਹਨ ਜੋ ਸਾਡੇ ਖੂਨ ਲਈ ਚੰਗੇ ਹਨ। ਇਸ ਨੁਸਖੇ ਨੂੰ ਬਣਾਉਣ ਦੇ ਲਈ ਤਰਬੂਜ ਦੇ ਬੀਜ ਅਤੇ ਖਸਖਸ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਉਸਦਾ ਪਾਊਡਰ ਬਣਾ ਲਓ। ਰੋਜ਼ਾਨਾ ਸਵੇਰੇ ਸ਼ਾਮ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਇੱਕ ਚਮਚ ਇਸ ਦਾ ਸੇਵਨ ਕਰੋ। ਜੇ ਤੁਹਾਡੇ ਦਿਲ ਦੇ ਖੂਨ ਪੰਪ ਕਰਨ ਦੀ ਤਾਕਤ ਸਹੀ ਹੈ ਤਾਂ ਯਕੀਨਨ ਥੋੜ੍ਹੇ ਸਮੇਂ ਵਿੱਚ BP ਦੀ ਪ੍ਰੋਬਲਮ ਤੋਂ ਤੁਹਾਡਾ ਖਹਿੜਾ ਛੁੱਟ ਜਾਵੇਗਾ।